21 ਤਰੀਕ ਨੂੰ ਤੁਹਾਥੋਂ ਵੀ ਮੈਨੇਜਮੈਂਟ ਦੇ ਵਿੱਚ ਘਾਟ ਰਹੇਗੀ ਜਾਂ ਕੋਈ ਗੱਲ ਦੇ ਵਿੱਚ। ਹੁਣ ਇੱਥੋਂ ਤੇ ਕਾਰ ਆ ਉਹਦੀ ਪੂਰੀ ਪੜਤਾਲ ਤਾਂ ਨਹੀਂ ਹੋਈ, ਨਾ ਉਹਦੀ ਚਰਚਾ 'ਚ ਆ ਰਿਹਾ ਕਿ ਉਹ ਪਹਿਲਾਂ ਫੌਜ 'ਚ ਭਰਤੀ ਸੀਗਾ, ਜਿਹੜੇ ਨੇ ਗੋਲੀ ਹੁਣ ਪੁਲਿਸ 'ਚ ਭਰਤੀ ਹੈ। ਮੈਨੂੰ ਲੱਗਦਾ ਜੀਂਦ ਜ਼ਿਲ੍ਹੇ ਨਾਲ ਸੰਬੰਧਿਤ ਆ ਉਹ ਬੰਦਾ ਜਿਹੜੇ ਨੇ ਗੋਲੀ ਚਲਾਈ। ਜੇ ਅਸੀਂ ਰਜਿੰਦਰਾ ਹਸਪਤਾਲ ਦੀ ਗੱਲ ਕਰਦੇ ਹਾਂ, ਉੱਥੇ ਵੀ ਜਿਹੜੀ ਹਰਿਆਣਾ ਪੁਲਿਸ ਦੀ ਜਿਹੜੀ ਮੌਜੂਦਗੀ ਉਹ ਦੇਖੀ ਗਈ ਆ, ਅਤੇ ਉਹਨਾਂ ਨੇ ਸਿੱਧਾ ਸਿੱਧਾ ਇਹ ਦਾਅਵਾ ਕਰਤਾ ਵੀ ਜਿਹੜੀ ਸ਼ੁਭਕਰਨ ਦੀ ਮੌਤ ਆ ਉਹ ਹਰਿਆਣਾ ਦੀ ਯੂਹ ਦੇ ਵਿੱਚ ਹੋਈ ਆ, ਤਾਂ ਪਰਚਾ ਜਿਹੜਾ ਉਹ ਜੀਂਦ ਹੋਊਗਾ ਜਾਂ ਹਰਿਆਣੇ ਵਾਲੇ ਪਾਸੇ ਹੋਊਗਾ। ਉਸ ਨੂੰ ਲੈ ਕੇ ਕੀ ਆ, ਤੁਹਾਨੂੰ ਕਲੀਅਰ ਕੀਤਾ ਗਾ ਪੰਜਾਬ ਸਟੇਟ ਨੇ, ਪੰਜਾਬ ਦੇ ਪ੍ਰਸ਼ਾਸਨ ਨੇ ਕਿ ਉਹ ਜਾਣ ਕੇ ਭਸੂੜੀ ਪਾ ਰਹੇ ਆ, ਗੱਲ ਕੀ ਆ? ਤਾਂ ਮੁਲਾਜ਼ਮਾਂ ਨੇ ਇੱਧਰੋਂ ਇਹ ਗੱਲ ਕਹੀ ਕਿ ਅਸੀਂ ਜੇ ਇੱਕ ਕਰਾਂਗੇ ਸਾਡੇ ਖਿਲਾਫ਼ ਉਹ 10 ਕਰਨਗੇ। ਅਸੀਂ ਆਖਿਆ ਵੀ ਤੁਸੀਂ ਗਲਤੀ ਕੀਤੀ ਹੈ। ਮਤਲਬ ਉਹਨਾਂ ਨੇ ਸਾਨੂੰ ਇਹ ਸਾਫ਼ ਕੀਤਾ ਵੀ ਪੰਜਾਬ ਦੀ ਪੁਲਿਸ ਜਾਂ ਹਰਿਆਣੇ ਦੀ ਪੁਲਿਸ ਆਮੋ ਸਾਹਮਣੇ ਨਹੀਂ ਹੋ ਸਕਦੇ, ਇਹੀ ਤਰਕ ਦਿੱਤਾ? ਹਾਂ, ਸਾਨੂੰ ਇਹ ਕਹਿ ਰਹੇ ਵੀ ਅਸੀਂ ਸੈੱਟ ਬਣਾ ਦਿੰਦੇ ਹਾਂ, ਉਹਦੇ ਮੁਤਾਬਕ ਜੇ ਪਰਚਾ ਬਣਦਾ ਹੋਇਆ ਤਾਂ ਕਰਾਂਗੇ। ਇਸ ਗੱਲ 'ਤੇ ਕੋਈ ਬਿਆਨ ਆਇਆ ਗਾ ਜਿਹੜਾ ਅਖਬਾਰਾਂ ਦੇ ਵਿੱਚ ਖਬਰ ਛਪੀ ਆ ਵੀ ਜਿਹੜੇ ਉਹ ਖੇਤ ਆ ਜਾਂ ਜਿਹੜਾ ਉਹ ਏਰੀਆ ਗਾ ਉਹ ਹਰਿਆਣੇ ਦੇ ਅੰਡਰ ਆਉਂਦਾ, ਇਸ ਨੂੰ ਲੈ ਕੇ ਕਿ ਹਜੇ ਕੋਈ ਸਪਸ਼ਟੀਕਰਨ ਜਾਂ ਇਹ ਗੱਲ ਹੀ ਨਹੀਂ ਤੁਹਾਡੇ ਸਾਹਮਣੇ? ਦੂਜੀ ਗੱਲ ਜਿਹੜੀ ਉਹ ਕਹਿੰਦੇ ਵੀ ਹਰਿਆਣੇ 'ਚ ਮੌਤ ਹੋਈ ਹੈ, ਕਿਹੜੇ ਕਾਨੂੰਨ ਨੂੰ ਅਧਿਕਾਰ ਦਿੱਤੇ ਕਿ ਪੰਜਾਬ ਦਾ ਕਿਸਾਨ ਜਦੋਂ ਹਰਿਆਣਾ ਜਾਏ ਗੁਰੂ ਪੁਲਿਸ ਮਾਰ ਦਿਆ ਕਰੇ? ਤੁਹਾਨੂੰ ਜਿਹੜਾ ਲੌਜਿਕ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਉਹ ਇਹ ਦਿੱਤਾ ਗਿਆ ਵੀ ਆਮੋ ਸਾਹਮਣੇ ਨਹੀਂ ਹੋ ਸਕਦੇ, ਮਤਲਬ ਜਿਹੜਾ ਉਹ ਬਾਰਡਰ ਵਾਲਾ ਉਹ ਹਜੇ ਤੱਕ ਤੁਹਾਡੇ ਸਾਹਮਣੇ ਵੀ ਨਹੀਂ ਵੈਸੇ ਅਖਬਾਰਾਂ 'ਚ ਆ ਰਿਹਾ। ਹਾਂ, ਜਿਹੜਾ ਹਰਿਆਣਾ ਪੁਲਿਸ ਇੱਥੇ ਰਜਿੰਦਰਾ ਹਸਪਤਾਲ ਜਾਂ ਹੋਰ ਕਿਤੇ ਉਹ ਤੁਹਾਡੇ ਧਿਆਨ 'ਚ ਹੈਗਾ ਗਾ, ਜਾਂ ਜਿਹੜੇ ਉਹਨਾਂ ਦੇ ਮਾਤਾ ਜੀ ਨੂੰ ਲੈ ਕੇ ਆਏ ਉਹ ਜਿਹੜਾ ਉਹ ਚੀਜ਼ ਨਿਕਲ ਗਈ ਉਹ ਤੁਹਾਡੇ ਧਿਆਨ 'ਚ ਹੈ ਸਾਰੀ ਗੱਲ ਵੀ ਉਹ ਕਿਵੇਂ ਹੋਇਆ? ਪਰਿਵਾਰ ਨਾਲ ਦੁੱਖ ਸਮਝਿਆ ਕਰਨਾ ਹੁੰਦੇ ਹੋ, MLA ਵੀ ਆ ਗਿਆ ਆਪਣਾ, ਖੇਤੀ ਮੰਤਰੀ ਵੀ ਆ ਗਿਆ, ਮੁੱਖ ਮੰਤਰੀ ਦਾ ਬਿਆਨ ਵੀ ਆ ਗਿਆ, ਕੀ ਇਕੱਲੀ ਪੁਲਿਸੀ ਬਾਗੀ ਹੋਈ ਖੜੀ ਆ? ਸੋ ਤੁਸੀਂ ਬਾਈ ਨੇਮ ਪਰਚਾ ਚਾਹੁੰਦੇ? ਅਸੀਂ ਬਾਈ ਨੇਮ ਪਰਚਾ ਕਰੂੰ। ਕਿਹਦੇ 'ਤੇ? ਮਤਲਬ ਬਾਈ ਨੇਮ ਮੰਨ ਕੇ ਚਲੋ ਉਹ ਸਾਬਿਤ ਕਰ ਗਏ ਕਿਸੇ ਨਕਸ਼ੇ ਨਾਲ ਜਾਂ ਕੋਈ ਵੀ ਟੈਕਨੀਕਲ ਵੇ ਨਾਲ ਵੀ ਉਹ ਹਰਿਆਣੇ ਦੀ ਜੂ ਆ, ਜੇ ਐਂ ਹੋ ਜਾਂਦਾ ਗਾ ਜਿਵੇਂ ਖਬਰਾਂ ਲੱਗ ਰਹੀਆਂ ਗੀਆਂ, ਫਿਰ ਮਤਲਬ ਜਥੇਬੰਦੀ ਦਾ ਕੀ ਪੁਆਇੰਟ ਹੋਊਗਾ? ਇੱਕ ਨਵੀਂ ਗੱਲ ਜਿਹੜੀ ਵੱਡੀ ਨਿਕਲ ਕੇ ਸਾਹਮਣੇ ਆ ਰਹੀ ਆ ਵੀ ਪ੍ਰਸ਼ਾਸਨੀ ਮੀਟਿੰਗਾਂ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਹੱਥ ਖੜੇ ਕੀਤੇ ਆ, ਜੋ ਇਹਨਾਂ ਦੀ ਜ਼ਬਾਨੀ ਆ ਜੋ ਇਹ ਕਹਿ ਰਹੇ ਆ ਵੀ ਪੁਲਿਸ ਨੇ ਸਾਨੂੰ ਹੱਥ ਖੜੇ ਕੀਤੇ ਆ ਵੀ ਅਸੀਂ ਪਰਚਾ ਦਰਜ ਨਹੀਂ ਕਰ ਸਕਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ। 21 ਤਰੀਕ ਨੂੰ ਸ਼ੁਭਕਰਨ ਦੀ ਮੌਤ ਹੁੰਦੀ ਆ, ਅਤੇ ਮੌਤ ਤੋਂ ਬਾਅਦ ਪੋਸਟਮਾਰਟਮ ਨੂੰ ਲੈ ਕੇ, ਸੰਸਕਾਰ ਨੂੰ ਲੈ ਕੇ ਜਿਹੜਾ ਗਾ ਪੇਚ ਆ ਉਹ ਸਰਕਾਰ ਦੇ ਨਾਲ ਫਸ ਗਿਆ ਗਾ। ਜਿੰਨੀਆਂ ਪ੍ਰੈਸ ਕਾਨਫਰੰਸ ਹੋਈਆਂ, ਜਿੰਨੀਆਂ ਇੰਟਰਵਿਊ ਹੋਈਆਂ ਕਿਸਾਨ ਆਗੂਆਂ ਦੀਆਂ, ਕਿਸਾਨ ਆਗੂ ਜਿਹੜਾ ਵੱਡਾ ਬਲੇਮ ਆ ਪੰਜਾਬ ਸਰਕਾਰ 'ਤੇ ਲਾ ਰਹੇ ਆ। ਹਾਲਾਂਕਿ ਪਹਿਲਾਂ ਮੀਟਿੰਗਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬੈਠਦੇ ਰਹੇ, ਬਹੁਤ ਸਾਰੀਆਂ ਚੀਜ਼ਾਂ ਸਹਿਮਤੀ ਦੇ ਨਾਲ ਅੰਦਰ ਖਾਤੇ ਚੱਲਦੀਆਂ ਰਹਿਣਾ, ਫਿਰ ਇੱਕੋ ਦਮ ਕਿਸਾਨ ਆਗੂ ਖੁੱਲ੍ਹ ਕੇ ਆਏ ਵਹੀਕਲਾਂ ਨੂੰ ਲੈ ਕੇ, ਲੰਗਰ ਵਾਲੀਆਂ ਟਰਾਲੀਆਂ ਨੂੰ ਲੈ ਕੇ, ਬਹੁਤ ਸਾਰਾ ਬਲੇਮ ਆ ਜਿਹੜਾ ਪੰਜਾਬ ਸਰਕਾਰ ਦੇ ਉੱਤੇ ਜਾਂ ਪੰਜਾਬ ਦੇ ਪ੍ਰਸ਼ਾਸਨ ਉੱਤੇ ਲੱਗਦਾ ਰਿਹਾ ਗਾ। ਹੁਣ ਜਿਹੜੇ ਵੱਡੇ ਅਖਬਾਰ ਆ, ਵੱਡੇ ਅਖਬਾਰ ਕੁਛ ਹੋਰ ਕਹਿ ਰਹੇ ਆ, ਖਾਸ ਕਰਕੇ ਹਰਿਆਣੇ ਵਾਲੇ ਪਾਸਿਓਂ, ਜੀਂਦ ਵਾਲੇ ਪਾਸਿਓਂ ਕੁਛ ਹੋਰ ਖਬਰਾਂ ਆ ਰਹੀਆਂ ਹੈਗੀਆਂ ਸ਼ੁਭਕਰਨ ਦੇ ਮੌਤ ਨੂੰ ਲੈ ਕੇ ਜਾਂ ਉਸ ਸਪੋਟ ਨੂੰ ਲੈ ਕੇ ਜਿੱਥੇ ਗੋਲੀ ਚੱਲੀ ਆ। ਹੁਣ ਰਾਮਪੁਰਾ ਫੂਲ ਦੀ ਜੇ ਅਸੀਂ ਗੱਲ ਕਰਦੇ ਹਾਂ, ਰਾਮਪੁਰਾ ਫੂਲ ਏਰੀਏ ਦੇ ਵਿੱਚ ਹੀ ਇਹ ਪਿੰਡ ਬੱਲੋ ਪੈਂਦਾ ਗਾ, ਬਠਿੰਡੇ ਜ਼ਿਲ੍ਹੇ ਦਾ ਪਿੰਡ ਆ, ਮੌੜ ਹਲਕਾ ਲੱਗਦਾ ਗਾ। ਹੁਣ ਨੈਸ਼ਨਲ ਹਾਈਵੇ ਆ ਉਹ ਬੰਦ ਕੀਤਾ ਗਿਆ ਗਾ ਅਣਮਿੱਥੇ ਸਮੇਂ ਲਈ ਸਿੱਧੂਪੁਰ ਜਥੇਬੰਦੀ ਵੱਲੋਂ, ਪਰ ਜਿਹੜਾ ਪੋਸਟਮਾਰਟਮ ਵਾਲਾ ਅਸਲ ਪੇਚ ਆ ਉਹ ਫਸਿਆ ਵਾ ਕਿੱਥੇ? ਅੰਦਰਲੀ ਗੱਲ ਕੀ ਆ, ਸਾਡੇ ਨਾਲ ਕਾਕਾ ਕੋਡਾ ਜੀ ਨੇ। ਕਾਕਾ ਜੀ, ਜੇ ਅਸੀਂ ਰਜਿੰਦਰਾ ਹਸਪਤਾਲ ਦੀ ਗੱਲ ਕਰਦੇ ਹਾਂ, ਉੱਥੇ ਵੀ ਜਿਹੜੀ ਹਰਿਆਣਾ ਪੁਲਿਸ ਦੀ ਜਿਹੜੀ ਮੌਜੂਦਗੀ ਉਹ ਦੇਖੀ ਗਈ ਆ, ਅਤੇ ਉਹਨਾਂ ਨੇ ਸਿੱਧਾ ਸਿੱਧਾ ਇਹ ਦਾਅਵਾ ਕਰਤਾ ਵੀ ਜਿਹੜੀ ਸ਼ੁਭਕਰਨ ਦੀ ਮੌਤ ਆ ਉਹ ਹਰਿਆਣਾ ਦੀ ਯੂਹ ਦੇ ਵਿੱਚ ਹੋਈ ਆ, ਤਾਂ ਪਰਚਾ ਜਿਹੜਾ ਉਹ ਜੀਂਦ ਹੋਊਗਾ ਜਾਂ ਹਰਿਆਣੇ ਵਾਲੇ ਪਾਸੇ ਹੋਊਗਾ। ਉਸ ਨੂੰ ਲੈ ਕੇ ਕੀ ਆ, ਤੁਹਾਨੂੰ ਕਲੀਅਰ ਕੀਤਾ ਗਾ ਪੰਜਾਬ ਸਟੇਟ ਨੇ, ਪੰਜਾਬ ਦੇ ਪ੍ਰਸ਼ਾਸਨ ਨੇ ਕਿ ਉਹ ਜਾਣ ਕੇ ਭਸੂੜੀ ਪਾ ਰਹੇ ਆ, ਗੱਲ ਕੀ ਆ? ਦੇਖੋ, ਆਪਣੀ ਪ੍ਰਸ਼ਾਸਨ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਪਟਿਆਲੇ ਦੇ ਵਿੱਚ ਲਗਾਤਾਰ।
ਦੋਨੇ ਐਸਐਸਪੀ ਬੈਠਦੇ ਰਹੇ ਆ, ਆਪਣੇ ਬਠਿੰਡੇ ਵਾਲਾ ਵੀ, ਆਪਣੇ ਪਟਿਆਲੇ ਵਾਲਾ ਵੀ, ਜਸਕਰਨ ਵੀ ਆਉਂਦੇ ਰਹੇ ਦਿਲ ਨੂੰ, ਸਾਰੇ ਆਉਂਦੇ ਰਹੇ ਵੀ ਠੀਕ ਹੈ ਜੀ। ਅਸੀਂ ਆਪਣਾ ਪਹਿਲਾਂ ਤਾਂ ਪੇਜ ਚੜਿਆ ਕਿ ਅਸੀਂ ਕਿਹਾ ਵੀ ਇਹਨੂੰ ਸ਼ਹੀਦੀ ਦਰਜਾ ਦਿੱਤਾ ਜਾਵੇ ਸਾਡੇ ਨੌਜਵਾਨ ਜੀ। ਪਹਿਲਾਂ ਇਸ ਗੱਲ 'ਤੇ ਉਹਨਾਂ ਨੇ ਇੱਕ ਦਿਨ ਲੰਘਾਇਆ ਜੀ ਕਿ ਅਸੀਂ ਰਾਸੀ ਵਧਾ ਦਿੰਦੇ ਹਾਂ, ਹਾਂਜੀ, ਸ਼ਹੀਦ ਲਾਨਣਾ ਹਜੇ ਬਹੁਤ ਔਖਾ ਹੈ। ਅਸੀਂ ਕਿਹਾ ਵੀ ਫਿਰ ਪਹਿਲਾਂ ਇਹ ਪੈਨਲ ਕਰ ਲਓ, ਦੂਜੇ ਦਿਨ ਆ ਕੇ ਜੀ ਠੀਕ ਹੈ, ਅਸੀਂ ਸ਼ਹੀਦੀ ਦਰਜਾ ਦੇਣ ਲੱਗੇ ਹਾਂ ਜੀ। ਫਿਰ ਪਰਿਵਾਰ ਨਾਲ ਕਹੇ ਵੀ ਕੋਈ ਕਹੇ 40 ਲੱਖ ਦਿੰਦੇ ਹਾਂ, ਕੋਈ 42 ਲੱਖ ਦਿੰਦੇ ਹਾਂ, ਕੋਈ 35 ਲੱਖ ਦਿੰਦੇ ਹਾਂ ਜੀ। ਸਹਿਮਤੀ ਪਰਿਵਾਰ ਨਾਲ ਬਣਾ ਲਈ ਸੀ ਪ੍ਰਸ਼ਾਸਨ ਨੇ ਜੀ ਕਿ ਅਸੀਂ ਇੰਨੇ ਪੈਸੇ ਦੇ ਕੇ ਅਸੀਂ ਆਹ ਕੁਛ ਕਰ ਦਿੰਦੇ ਹਾਂ, ਪਰ ਜਦੋਂ ਅਸੀਂ ਆਖਿਆ ਵੀ ਠੀਕ ਹੈ FIR ਦਰਜ ਤਾਂ ਕਰੋ ਜੀ, ਕਹਿੰਦੇ ਵੀ ਇਹ ਨਹੀਂ। ਅਸੀਂ ਕਿਹਾ ਵੀ ਟਵੀਟ ਕਰੇ ਮੁੱਖ ਮੰਤਰੀ ਕਿ ਮੈਂ ਆ ਜਿਹੜੀਆਂ 3 ਸ਼ਰਤਾਂ ਤਾਂ ਸਾਨੂੰ ਕੋਈ ਰੌਲਾ ਨਹੀਂ, ਆਪਾਂ ਸੰਸਕਾਰ ਪੋਸਟਮਾਰਟਮ ਕਰਵਾ ਲੈਂਦੇ ਹਾਂ ਜੀ। ਉਹਦੇ ਜਿਹੜਾ ਆਪਣਾ ਉਹਨਾਂ ਨੇ ਟਵੀਟ ਕੀਤੀ ਕਿ ਮੈਂ ਉਹ ਜਿਹੜੀ ਰਾਸੀ ਆ ਗਈ, ਸਾਰਿਆਂ ਨੂੰ ਪਤਾ ਕਰੋੜ ਦੀ ਨੌਕਰੀ ਦਾ ਵੀ ਆ ਗਿਆ, ਉਹਨੇ ਇੱਕ ਲਫ਼ਜ਼ ਕਿਹਾ ਕਾਨੂੰਨੀ ਕਾਰਵਾਈ ਕਰਾਂਗੇ, ਥੱਲੇ ਜਾ ਕੇ ਕਿਹਾ ਮੈਂ ਆਪਦੇ ਫਰਜ਼ ਨਿਭਾ ਰਿਹਾ। 4 ਹੀ ਗੱਲਾਂ ਸੀ ਉਹਦੇ ਟਵੀਟ 'ਤੇ। ਅਸੀਂ ਆਖਿਆ ਵੀ ਜਦੋਂ ਤੁਸੀਂ ਮੰਨ ਹੀ ਲਿਆ, ਮੁੱਖ ਮੰਤਰੀ ਦਾ ਐਲਾਨ ਆ ਗਿਆ, ਕਰੋ ਕਾਰਵਾਈ ਜੀ, FIR ਦਰਜ ਕਰੋ ਜੀ। ਅਤੇ ਉਹ ਅਖੀਰ ਕਹਿੰਦੇ ਵੀ ਇਹ ਤਾਂ ਨਹੀਂ ਅਸੀਂ ਕਰ ਸਕਦੇ, ਇਹ 'ਚ ਤਾਂ ਸਾਡੇ ਮੁਲਾਜ਼ਮ ਫਸਦੇ ਆ। ਅਸੀਂ ਆਖਿਆ ਵੀ ਮੁਲਾਜ਼ਮ ਹਰਿਆਣੇ ਦੇ ਫਸਦੇ ਆ, ਕਾਰਵਾਈ ਪੰਜਾਬ ਸਰਕਾਰ ਨੇ ਕਰਾਉਣੀ ਹੈ ਜੀ, ਤਾਂ ਸੋਨੂ ਕੀ ਡਿੱਕਾ। ਤਾਂ ਮੁਲਾਜ਼ਮਾਂ ਨੇ ਇੱਧਰੋਂ ਇਹ ਗੱਲ ਕਹੀ ਕਿ ਅਸੀਂ ਜੇ 1 ਕਰਾਂਗੇ ਸਾਡੇ ਖਿਲਾਫ਼ ਉਹ 10 ਕਰਨਗੇ। ਅਸੀਂ ਆਖਿਆ ਵੀ ਤੁਸੀਂ ਗਲਤੀ ਕੀਤੀ ਆ ਜੇ ਤੁਹਾਡੇ, ਇੱਕ ਤਾਂ ਜਵਾਬ ਇਹ ਹੁੰਦਾ ਵੀ ਤੇਰਾ ਵੀ ਮੁਕੱਦਮਾ ਚੱਲਦਾ, ਤੇਰਾ ਵੀ ਮੁਕੱਦਮਾ ਚੱਲਦਾ, ਜੇ ਤੂੰ ਇਹਦੇ ਹੱਕ 'ਚ ਭੁਗ ਤਾਂ ਤੇਰੇ 'ਤੇ ਵੀ ਮੈਂ ਗਵਾਹੀ ਉਲਟ ਦੇਊਂਗਾ। ਮਤਲਬ ਉਹਨਾਂ ਨੇ ਤੁਹਾਨੂੰ ਇਹ ਸਾਫ਼ ਕੀਤਾ ਵੀ ਪੰਜਾਬ ਦੀ ਪੁਲਿਸ ਜਾਂ ਹਰਿਆਣੇ ਦੀ ਪੁਲਿਸ ਆਹਮੋ ਸਾਹਮਣੇ ਨਹੀਂ ਹੋ ਸਕਦੇ, ਇਹੀ ਤਰਕ ਦਿੱਤਾ। ਹਾਂ, ਸਾਹਮਣੋ ਸਾਹਮਣੇ ਨਹੀਂ ਹੋ ਸਕਦੀ। ਹਾਂ, ਪਤਾ ਨਹੀਂ ਕਿੰਨਾ ਪ੍ਰੈਸ਼ਰ ਉਹਨਾਂ ਦਾ ਗ੍ਰਹਿ ਭਾਗ ਦਾ, ਉੱਤੋਂ ਜਦ ਹਦਾਇਤਾਂ ਕਿਵੇਂ ਕਰੀਆਂ ਨੇ। ਸਾਨੂੰ ਤਾਂ ਇਹਨੂੰ ਵੀ ਨਿਕਲ ਕੇ ਆ ਗਈ ਗੱਲ ਵੀ ਜੇ ਮੁੱਖ ਮੰਤਰੀ ਨੇ ਕਹੀ ਦਿੱਤੀ ਗੱਲ ਤਾਂ ਕਾਨੂੰਨੀ ਕਾਰਵਾਈ ਕਿਹੋ ਜਿਹੀ ਹੁੰਦੀ ਹੈ ਜੇ FIR ਦੀ ਅਰਜ਼ੀ ਨਹੀਂ ਕਰੀ? ਸ਼ੁਰੂ ਤਾਂ ਇੱਥੋਂ ਹੁੰਦਾ, ਉਹਦੇ ਕਿਹੜੀਆਂ ਧਾਰਾਂ ਲੱਗਣੀਆਂ, ਕਿਹਦਾ ਨਾਂ ਆਉਣਾ ਹੈ, ਕਿਹੜਾ ਦੋਸ਼ੀ ਸੀ, ਕਿਹੜਾ ਸਮਾਂ ਸੀ, ਕਿੱਥੇ ਵੱਜੀ ਗੋਲੀ, ਇਹ ਤਾਂ ਤੁਸੀਂ ਗੱਲਾਂ ਹੀ ਨਹੀਂ ਕਰਨ ਨੂੰ ਤਿਆਰ। ਪਹਿਲੇ ਸੈੱਟ ਬਣਾ ਦਿਓ ਜੀ, ਇਹ ਸਾਨੂੰ ਇਹ ਕਹਿ ਰਿਹਾ ਵੀ ਅਸੀਂ ਸੈੱਟ ਬਣਾ ਦਿੰਦੇ ਹਾਂ, ਉਹਦੇ ਮੁਤਾਬਕ ਜੇ ਪਰਚਾ ਬਣਦਾ ਹੋਇਆ ਤਾਂ ਕਰਾਂਗੇ। ਅਸੀਂ ਅੱਗੇ ਜੇ ਤੁਸੀਂ ਮੰਨਣ ਨੂੰ ਤਿਆਰ ਹੀ ਨਹੀਂ ਜੀ, ਪਹਿਲੀ ਗੱਲ ਤਾਂ ਹਰਿਆਣਾ ਸਰਕਾਰ ਦੀ ਜਿਹੜੀ ਤੁਸੀਂ ਗੱਲ ਕੀਤੀ, ਹਰਿਆਣਾ ਸਰਕਾਰ ਤਾਂ ਕਹਿੰਦੀ ਸੀ ਤੇ ਕੋਈ ਹਵਾਵਾਂ ਨੇ, ਕੋਈ ਕਿਸਾਨ ਸ਼ਹੀਦ ਹੀ ਨਹੀਂ ਹੋਇਆ, 2 ਦਿਨ ਇਹ ਕਹਿੰਦੇ ਰਹੇ ਜੀ। ਜਦੋਂ ਗੱਲ ਨਿਖਰ ਕੇ ਆ ਗਈ ਸਾਰੀ, ਦੁਨੀਆ ਪੱਧਰ ਤੇ ਚੱਲੀ ਗਈ, ਸਾਡੇ ਵਾਲੇ ਪਤਾ ਨਹੀਂ ਕਿਉਂ ਸਿਆਸੀ ਲੋਕ ਮੂੰਹ ਬੰਦ ਕਰੀ ਬੈਠੇ ਆ, ਚਾਹੇ ਕਿਸੇ ਪਾਰਟੀ ਨਾਲ ਹੋਣ, ਸਾਡੇ ਨਾ ਪਾਰਲੀਮੈਂਟ 'ਚ ਬੋਲਣ ਨੂੰ ਹਿੰਮਤ ਕਰਦੇ ਆ, ਨਾ ਵਿਧਾਨ ਸਭਾ 'ਚ ਕਰਦੇ ਆ, ਬਾਹਰਲੀਆਂ ਪਾਰਲੀਮੈਂਟ 'ਚ ਸਾਡੇ ਹੱਕ 'ਚ ਲੋਕ ਬੋਲੀ ਜਾਂਦੇ ਨੇ। ਨਹੀਂ, ਤੁਹਾਨੂੰ ਇਹ ਗੱਲ ਕੁਛ ਕਲੀਅਰ ਕਰੀਏ ਜਾਂ ਇਸ ਗੱਲ 'ਤੇ ਕੋਈ ਬਿਆਨ ਆਇਆ ਗਾ ਜਿਹੜਾ ਅਖਬਾਰਾਂ ਦੇ ਵਿੱਚ ਖਬਰ ਛਪੀ ਆ ਵੀ ਜਿਹੜੇ ਉਹ ਖੇਤ ਆ ਜਾਂ ਜਿਹੜਾ ਉਹ ਏਰੀਆ ਗਾ ਉਹ ਹਰਿਆਣੇ ਦੇ ਅੰਡਰ ਆਉਂਦਾ, ਇਸ ਨੂੰ ਲੈ ਕੇ ਕਿ ਹਜੇ ਕੋਈ ਸਪਸ਼ਟੀਕਰਨ ਜਾਂ ਇਹ ਗੱਲ ਹੀ ਨਹੀਂ ਤੁਹਾਡੇ ਸਾਹਮਣੇ? ਨਹੀਂ, ਗੱਲ ਸਾਡੇ ਸਾਹਮਣੇ ਨਹੀਂ ਆਈ ਇਹ ਗੱਲ। ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਜਿਹੜਾ ਬਾਰਡਰ ਲੱਗਿਆ ਜੀ, ਹਰਿਆਣੇ ਦਾ ਬਾਰਡਰ ਲੱਗਿਆ, ਉਹਨਾਂ ਨੇ ਲਿਖਿਆ ਜੀ ਆਇਆਂ ਨੂੰ ਜੀ, ਉਹਨਾਂ ਦਾ ਜਿਹੜਾ ਨਾਕਾ ਹੈ ਬਾਰਡਰ ਤੋਂ ਗਾਹ ਹੈ, ਅਸੀਂ ਨਾਕਾ ਉਹਨਾਂ ਨੇ ਲਾਉਣਾ ਸੀ ਜੀ, ਕਿ ਉਹਨਾਂ ਨੇ ਜਗ੍ਹਾ ਕੁੱਟਣ ਵਾਸਤੇ ਛੱਡੀ, ਮਰਨ ਵਾਸਤੇ ਛੱਡੀ, ਤੁਹਾਡੀ ਪੰਜਾਬ ਪੁਲਿਸ ਖੜੀ ਹੈ, ਤੁਸੀਂ ਕਿਉਂ ਨਹੀਂ ਫਿਰ ਉੱਥੇ ਖੜੇ ਵੀ ਆਪਣਾ ਤਾਂ ਪੰਜਾਬ ਇੱਥੋਂ ਤੱਕ ਹੈ, ਅਗਲਾ ਹਰਿਆਣੇ ਤੱਕ ਹੈ, ਲੋਕਾਂ ਨੇ ਤਾਂ ਨਾਕਾ ਦੇਖਣਾ ਜੀ, ਅਸੀਂ ਨਾਕੇ ਤੱਕ ਗਏ ਹਾਂ ਜੀ। ਜਦੋਂ ਨਾਕੇ ਤੋਂ ਕਾਰਵਾਈ ਕੀਤੀ ਹੈ, ਫਿਰ ਦੂਜੀ ਗੱਲ ਜਿਹੜੀ ਉਹ ਕਹਿੰਦੇ ਵੀ ਹਰਿਆਣੇ 'ਚ ਮੌਤ ਹੋਈ ਹੈ ਜੀ, ਕਿਹੜੇ ਕਾਨੂੰਨ ਨੂੰ ਅਧਿਕਾਰ ਦੇ ਤੇ ਕਿ ਪੰਜਾਬ ਦਾ ਕਿਸਾਨ ਜਦੋਂ ਹਰਿਆਣਾ ਜਾਇਆ ਕਰੂ ਪੁਲਿਸ ਮਾਰ ਦਿਆ ਕਰੇ? ਇਹ ਵੱਡਾ ਨਾ ਸਵਾਲ ਜੀ। ਅਸੀਂ ਜਾ ਰਹੇ ਹਾਂ ਆਪਦੀ ਰਾਜਧਾਨੀ 'ਚ ਜੀ, ਅਸੀਂ ਜਾ ਰਹੇ ਹਾਂ ਦਿੱਲੀ, ਕੀ ਤੁਸੀਂ ਦੂਜੀਆਂ ਸਟੇਟਾਂ ਦੇ ਜਿਹੜੇ ਇਹ ਕਹਿਣਗੇ ਅਸੀਂ ਹੱਕਾਂ ਮਨਾਉਣਾ ਆਪਦੇ ਦਿੱਲੀ ਜਾਂਦੇ, ਤੁਸੀਂ ਐਂ ਕਹਿ ਕੇ ਮਾਰਿਆ ਕਰੋਗੇ, ਤੂੰ ਹਰਿਆਣੇ ਦਾ, ਤੂੰ ਮਹਾਰਾਸ਼ਟਰ ਦਾ, ਤੂੰ ਯੂਪੀ ਦਾ? ਇਹ ਕਾਰਵਾਈ, ਇਹ ਬਿਆਨਬਾਜ਼ੀ
ਜਿਹੜੀ ਉਹਨੇ ਆਈ ਹੈ ਪੁਲਿਸ ਦੀ ਹਰਿਆਣੇ ਦੀ ਨਿੰਦਣਯੋਗ ਹੈ। ਇਹ ਤਾਂ ਗ੍ਰਹਿ ਵਿਭਾਗ ਵੱਲੋਂ ਆਪ ਹੀ ਉਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਸੀ। ਜੋ ਕੋਰਟ ਜਾਣਾ ਚਾਹੀਦਾ ਸੀ ਕਿ ਜਰ ਆਪਾਂ ਨੂੰ ਹੱਕ ਹੈ ਆਪਦੀ ਮੰਗ ਮਨਾਉਣ ਲਈ। ਇਹ ਤਾਂ ਮਤਲਬ ਕੱਲ੍ਹ ਨੂੰ ਕੋਈ ਬਲਾਕ ਦੇ ਵਿੱਚੋਂ ਪਿੰਡ 'ਤੇ ਕਹਿ ਦੂਗਾ ਕਿ ਤਾਂ ਪਿੰਡ ਦਾ ਤੂੰ ਬਲਾਕ 'ਚ ਕਿਉਂ ਗਿਆ, ਬਲਾਕ ਵਾਲਾ ਕੋਈ ਜ਼ਿਲ੍ਹੇ 'ਚ ਕਿਉਂ ਗਿਆ, ਜ਼ਿਲ੍ਹੇ ਵਾਲਾ ਕਹੂ। ਸਾਡੇ ਦੇਸ਼ ਦੀ ਹੱਦ, ਸਾਡੀ ਰਾਜਧਾਨੀ, ਤੁਸੀਂ ਸਾਡੇ 'ਤੇ ਇੰਨੀਆਂ ਪਾਬੰਦੀਆਂ ਲਾ ਦਿਓ ਕਿ ਹਰਿਆਣੇ 'ਚ ਲਾਤੀ ਨਹੀਂ ਧਰਨੀ। ਜਿਹੜੇ ਮੁੰਡੇ ਦਾ ਉੱਥੋਂ, ਚਲੋ ਇਹ ਤਾਂ ਗੋਲੀ ਚੱਲੀ ਹੈ, ਮੁੰਡੇ ਦਾ ਉਹਦਾ ਗਾਤਰਾ ਅੰਮ੍ਰਿਤ ਛਕਿਆ ਹੋਇਆ ਸੀਗਾ, ਪ੍ਰਿਤਪਾਲ ਦਾ ਉਹ ਗਾਤਰਾ ਡਿੱਗ ਪਿਆ ਲੜਦੇ ਤੋਂ, ਟ੍ਰੈਡ 'ਤੇ ਬੈਠਾ ਸੀਗਾ, ਉਹਨੂੰ ਗਾਤਰਾ ਚੱਕਣ ਨਹੀਂ ਦਿੱਤਾ ਗਿਆ, ਚੱਕ ਕੇ ਉਹਨੂੰ ਕੁੱਟ ਕੇ ਲੱਤਾਂ ਤੋੜ ਕੇ ਬੋਰੀ 'ਚ ਪਾ ਕੇ ਲੈ ਕੇ ਗਏ ਨੇ। ਇਹ ਕਿਹੜਾ ਕਾਨੂੰਨ ਕਹਿੰਦਾ ਵੀ ਤੁਸੀਂ ਲੋਕਾਂ ਨੂੰ ਆਪਦੇ ਹੱਕ ਲੈਣ ਲਈ ਆਏ ਐਂ ਕੁੱਟ ਕੇ ਮਾਰੋਗੇ? ਇਸ ਨੂੰ ਲੈ ਕੇ ਜਥੇਬੰਦੀਆਂ ਦੇ ਨਾਲ ਹਰਿਆਣਾ ਦੇ ਚਾਹੇ ਡੀ ਜੀ ਪੀ ਚਾਹੇ ਐਸ ਐਸ ਪੀ ਜੀਂਦ, ਉਹਨਾਂ ਨੇ ਸੰਪਰਕ ਕੀਤਾ ਗਾ? ਸਾਡੇ ਨਾਲ ਕੋਈ, ਹਰਿਆਣੇ ਵੱਲੋਂ ਕੋਈ ਨਹੀਂ ਹੋਇਆ, ਕੋਈ ਸੰਪਰਕ ਨਹੀਂ ਇਹਨਾਂ ਨਾਲ, ਪੰਜਾਬ ਵਾਲਿਆਂ ਨਾਲ ਹੋਵੇ, ਉੱਚ ਅਧਿਕਾਰੀਆਂ ਨਾਲ ਹੋਵੇ, ਸਾਡੇ ਕਿਸੇ ਲੀਡਰਸ਼ਿਪ ਨਾਲ, ਸਾਡੇ ਕਿਸੇ ਨਾਲ ਗੱਲਬਾਤ ਕੀਤੀ ਜਾਂ ਸਾਡੇ ਹਰਿਆਣੇ ਦੇ ਆਗੂਆਂ ਨਾਲ ਗੱਲ ਕੀਤੀ, ਇਹ ਨਹੀਂ ਕੀਤੀ। ਮਤਲਬ ਸਿਰਫ ਇਸੇ ਗੱਲ 'ਤੇ ਅੜੇ ਹੋਏ ਨੇ ਕਿ ਜੀ ਅਸੀਂ ਕਾਰਵਾਈ ਕਰ ਨਹੀਂ ਰਹੇ। ਨਹੀਂ ਮਤਲਬ ਉਹ ਤੁਹਾਨੂੰ ਜਿਹੜਾ ਲੌਜਿਕ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਉਹ ਇਹ ਦਿੱਤਾ ਗਿਆ ਵੀ ਆਹਮੋ ਸਾਹਮਣੇ ਨਹੀਂ ਹੋ ਸਕਦੇ, ਮਤਲਬ ਜਿਹੜਾ ਬਾਰਡਰ ਵਾਲਾ ਉਹ ਹਜੇ ਤੱਕ ਤੁਹਾਡੇ ਸਾਹਮਣੇ ਵੀ ਨਹੀਂ ਵੈਸੇ ਅਖਬਾਰਾਂ 'ਚ ਆ ਰਹੇ। ਹਾਂ, ਉਹ ਸਾਡੇ ਸਾਹਮਣੇ ਨਹੀਂ, ਉਹ ਜਾਂ ਕਾਨੂੰਨੀ ਕਾਰਵਾਈ ਕਹਿਣ ਕੇ ਅਸੀਂ ਇੱਥੋਂ ਤੱਕ ਆਹ ਨਹੀਂ ਕਰ ਸਕਦੇ। ਇਹਨਾਂ ਨੂੰ ਉਸ ਇਸ਼ੂ 'ਤੇ ਤਾਂ ਗੱਲ ਹੀ ਨਹੀਂ ਕੀਤੀ ਆਪਣੇ ਨਾਲ ਜੀ, ਸਿਰਫ ਇਸ ਇਸ਼ੂ 'ਤੇ ਗੱਲ ਕੀਤੀ ਹੈ ਕਿ ਸਾਨੂੰ ਪਹਿਲਾਂ ਸੈੱਟ ਬਣਾ ਲੈਣ ਦਿਓ, ਉਹਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਪਰਚਾ ਕਰਾਂਗੇ, ਤੁਸੀਂ ਪੋਸਟਮਾਰਟਮ ਕਰਵਾ ਕੇ ਸੰਸਕਾਰ ਕਰ ਦਿਓ, ਜੋ ਉਹਦੇ ਕੁਛ ਆਊ ਅਸੀਂ ਬਾਹਰ ਕਰਾਂਗੇ। ਆਪਾਂ ਕਹਿ ਰਹੇ ਹਾਂ ਪਹਿਲਾਂ ਐਫ ਆਈ ਆਰ ਲੂਜ ਕਰੋ, ਬਾਅਦ 'ਚ ਅਸੀਂ ਪੋਸਟਮਾਰਟਮ ਕਰਵਾਵਾਂਗੇ। ਅਤੇ ਜਿਹੜਾ ਹਰਿਆਣਾ ਪੁਲਿਸ ਇੱਥੇ ਰਜਿੰਦਰਾ ਹਸਪਤਾਲ ਜਾਂ ਹੋਰ ਕਿਤੇ, ਉਹ ਤੁਹਾਡੇ ਧਿਆਨ 'ਚ ਹੈਗਾ ਗਾ ਜਾਂ ਜਿਹੜੇ ਉਹਨਾਂ ਦੇ ਮਾਤਾ ਜੀ ਨੂੰ ਲੈ ਕੇ ਆਏ, ਉਹ ਜਿਹੜਾ ਉਹ ਚੀਜ਼ ਨਿਕਲ ਗਈ ਉਹ ਤੁਹਾਡੇ ਧਿਆਨ 'ਚ ਹੈ ਸਾਰੀ ਗੱਲ ਵੀ, ਉਹ ਕਿਵੇਂ ਹੋਇਆ? ਉਹ ਸਾਡੇ ਧਿਆਨ 'ਚ ਹੈ, ਸਾਡੇ ਅਸੀਂ ਪਟਿਆਲੇ ਦੇ ਵਰਕਰ ਕੁਛ ਉੱਥੇ 30-40 ਵਰਕਰ ਲਾਏ ਆ, ਉਹ ਸਾਡੇ ਉੱਥੇ ਪਟਿਆਲੇ ਰਜਿੰਦਰਾ ਹਸਪਤਾਲ ਦੇ ਵਿੱਚ ਬੈਠੇ ਨੇ, ਬੈਠੇ ਨੇ। ਜੇ ਕਿਸੇ ਨੇ ਹਰਕਤ ਕਰੀ, ਕਿਸੇ ਨੇ ਇਹੋ ਜਿਹੀ ਗੱਲ ਆਈ, ਮੈਨੂੰ ਲੱਗਦਾ ਦੋਨਾਂ ਸਰਕਾਰਾਂ ਨੇ ਇਹ ਜਿਹੜਾ ਅਖਬਾਰ 'ਚ ਖਬਰ ਵੀ ਲੱਗ ਗਈ ਆ ਕਿ ਹਰਿਆਣਾ ਸਰਕਾਰ ਦੀ ਜੂਹ 'ਚ ਨਹੀਂ ਸੀ, ਫਲਾਨਾ ਨਹੀਂ ਸੀ, ਕੁਛ ਇਹੋ ਜਿਹਾ ਕਰਕੇ ਇਹਨਾਂ ਨੇ ਪ੍ਰਚਾਰੀ ਆ ਗੱਲ ਟਾਲਣ ਦੀ ਕਿ ਪਰਚਾ ਦਰਜ ਨਾ ਹੋਵੇ, ਐਫ ਆਈ ਆਰ ਦਰਜ ਨਾ ਸਾਨੂੰ ਕਰਨੀ ਪਵੇ। ਤਾਂ ਇੱਕ ਹਵਾ ਇਹੋ ਜਿਹੀ ਵੀ ਆਈ ਸਾਨੂੰ ਉੱਥੇ ਬੈਠਿਆਂ ਨੂੰ ਕਿ ਇੱਕ ਡੀ ਐਸ ਪੀ ਦੀ ਮੌਤ ਹੋ ਗਈ ਸਾਡੇ ਨਾਲ, ਅਸੀਂ ਤਾਂ ਤੁਹਾਡੇ ਨਾਲ ਹਾਂ ਜੀ, ਆਪਣਾ ਪ੍ਰਸ਼ਾਸਨ ਕਹਿੰਦਾ ਪੰਜਾਬ ਵਾਲਾ ਸਾਨੂੰ ਜੀ ਕਿ ਅਸੀਂ ਤਾਂ ਤੁਹਾਡੇ ਨਾਲ ਹਾਂ, ਸਾਡਾ ਇੱਕ ਡੀ ਐਸ ਪੀ ਦੀ ਮੌਤ ਹੋ ਗਈ, ਅਸੀਂ ਆਖੇ ਬਹੁਤ ਮਾੜੀ ਗੱਲ ਹੋਈ ਜੀ। ਜੇ ਕਿਸੇ ਮੁਲਾਜ਼ਮ ਦੀ ਜਾਂ ਕਿਸੇ ਕਿਸਾਨ ਦੀ, ਬੱਚੇ ਤਾਂ ਸਾਡੇ ਆ ਪਰ ਉਹਦੀ ਮੌਤ ਹੋਈ ਹੈ ਗੋਲੀ ਨਾਲ, ਤੁਸੀਂ ਉਹਦੀ ਮੌਤ ਬਣਾ ਰਹੇ ਹੋ, ਉਹਨੂੰ ਕਹਿੰਦੇ ਅਟੈਕ ਆਇਆ, ਉਹ ਤਾਂ ਜਿੰਮ 'ਚ ਜਾਂਦਾ ਸੀਗਾ, ਯਾਰ ਇਹ ਤਾਂ ਕਲੀਅਰ ਕਰ ਦਿਓ, ਸਾਡੇ ਵਾਲੀ ਤਾਂ ਨਹੀਂ ਕਰਦੇ ਤੁਸੀਂ, ਤੁਸੀਂ ਆਪਦੇ ਮੁਲਾਜ਼ਮ ਦੇ ਤਾਂ ਸਟੈਂਡ ਲੈ ਲਓ, ਤੁਸੀਂ ਉੱਥੋਂ ਵੀ ਪਿੱਛੇ ਹਟ ਦਿਓ। ਤਾਂ ਇਹ ਗੱਲਾਂ ਸਰਕਾਰ ਨੂੰ ਪਿੱਛੇ ਹਟਣਾ, ਹੁਣ ਮੈਨੂੰ ਲੱਗਦਾ ਵੀ ਇੱਕ ਉਦਾਹਰਨ ਪਈ ਆ, ਜਿਹੜੇ ਲੋਕ ਕਹਿੰਦੇ ਵੀ ਸਾਡੇ 'ਤੇ ਇਲਜ਼ਾਮ ਤਾਂ ਉੱਥੇ ਲੱਗਦੀ ਹੈ ਕਿ ਜੀ ਇਹ ਆਮ ਆਦਮੀ ਪਾਰਟੀ ਨੇ ਵਹਾਏ ਹੋਏ ਨੇ, ਇਹ ਪੰਜਾਬ ਸਰਕਾਰ ਨੇ ਵਹਾਏ ਹੋਏ ਨੇ। ਮੈਂ ਕਹਿੰਦਾ ਵੀ ਮੁੱਖ ਮੰਤਰੀ ਦਾ ਕਿਹਾ ਹੋਇਆ ਤਿੰਨੇ ਗੱਲਾਂ 'ਤੇ ਐਫ ਆਈ ਆਰ ਦਰਜ ਨਹੀਂ ਕਰਦੇ? ਸਾਡੇ 'ਤੇ ਇੱਕ ਮਿੰਟ 'ਚ ਪਰਾਲੀ ਵਾਲਾ ਇਸ਼ੂ ਚੱਲਦਾ ਸੀਗਾ ਨਹੀਂਆਂ ਦੇ ਵਿੱਚ। ਮੁੱਖ ਮੰਤਰੀ ਕਹਿਣ ਲੱਗਿਆ ਕਿ ਮੁਲਾਜ਼ਮ ਦੇ ਹੱਥੀਂ ਜਿਹੜੀ ਅੱਗ ਲਵਾਉਣੀ ਆ ਬਹੁਤ ਮਾੜੀ ਆ, ਅਤੇ ਮੈਂ ਪਰਚਾ ਦਰਜ ਕਰਨ ਲੱਗਿਆ। 5 ਮਿੰਟਾਂ 'ਚ ਨਹੀਂ ਵਾਲੇ ਸਾਡੇ 150 ਕਿਸਾਨ 'ਤੇ ਪਰਚਾ ਦਰਜ ਹੋ ਗਏ 5 ਮਿੰਟਾਂ 'ਚ। ਅਤੇ ਅੱਜ ਮੁੱਖ ਮੰਤਰੀ ਨੇ ਕਿਹਾ ਤਿੰਨੇ ਗੱਲਾਂ ਕਿ ਮੈਂ 1 ਕਰੋੜ ਰੁਪਇਆ ਵੀ ਦਿੰਦਾ, ਮੈਂ ਦਰਜਾ ਵੀ ਦਿੰਦਾ ਸ਼ਹੀਦੀ ਦਾ, ਮੈਂ ਨੌਕਰੀ ਵੀ ਦਿੰਦਾ ਅਤੇ ਕਾਨੂੰਨੀ ਕਾਰਵਾਈ ਕਰਦਾ, ਪਰ ਕਾਨੂੰਨੀ ਕਾਰਵਾਈ ਅੱਜ ਤੱਕ ਨਹੀਂ ਹੋਈ। ਇਹਦਾ ਮਤਲਬ ਥੱਲੇ ਸਰਕਾਰ ਪੱਕੀ ਚੱਲ ਰਹੀ ਹੈ ਕਿ ਕੱਚੀ ਚੱਲ ਰਹੀ ਹੈ? ਇੱਕ ਹੋਰ ਗੱਲ ਹੈ ਜਿਹੜੀ ਜਥੇਬੰਦੀਆਂ ਨੇ ਹਜੇ ਤੱਕ ਕਲੀਅਰ ਨਹੀਂ ਕਰੀ, ਪਰਸੋਂ ਅਸੀਂ ਡੱਲੇਵਾਲ ਸਾਹਿਬ ਨੂੰ ਵੀ ਮਿਲਿਆ, ਉਹਨਾਂ ਨੇ ਵੀ ਕਿਹਾ ਵੀ ਸਾਨੂੰ ਪਤਾ ਲੱਗਾ ਪ੍ਰਿਤਪਾਲ
ਇੱਥੇ ਸ਼ਿਫਟ ਹੋ ਚੁੱਕਿਆ ਹੈਗਾ ਚੰਡੀਗੜ੍ਹ ਪੀ ਜੇ। ਜਿਹੜੇ ਚਾਰ ਜਾਂ ਪੰਜ ਮੁੰਡਿਆਂ ਦੀ ਹੋਰ ਗੱਲ ਹੋ ਰਹੀ ਹੈ ਵੀ ਉਹਨਾਂ ਨੂੰ ਬੋਰੀਆਂ 'ਚ ਪਾ ਕੇ ਲੈ ਗਏ, ਨਾ ਉਹਨਾਂ ਦੀ ਲੋਕੇਸ਼ਨ ਭਾਵ ਵੀ ਉਹ ਪੰਜਾਬ ਤੋਂ ਕਿੱਥੋਂ ਨੇ ਜਾਂ ਉਹਨਾਂ ਨੂੰ ਹਰਿਆਣੇ 'ਚ ਕਿੱਥੇ ਲੈ ਗਏ ਜਾਂ ਕਿਹਦੇ ਉਹ ਬੱਚੇ ਸੀਗੇ ਜਾਂ ਬਜ਼ੁਰਗ ਸੀ, ਕੌਣ ਸੀ ਉਹਨਾਂ ਦਾ ਕੁਛ? ਉਹਦੀ ਪੜਤਾਲ ਕੀਤੀ, ਇੱਕ ਦਿਨ ਦਾ ਚੱਲ ਪਈ ਸੀ। ਪੀ ਜੀ ਆਈ ਰੋਹਤਕ ਦੇ ਵਿੱਚ ਬੰਦੇ ਬੈਠੇ ਨੇ, ਉੱਥੇ ਅਸੀਂ ਬੰਦੇ ਭੇਜੇ, ਉਹ ਸਾਹਮਣੇ ਨਹੀਂ ਆਏ। ਠੀਕ ਹੈ, ਬੰਦੇ ਉਹ ਹੈਗੇ। ਸਾਨੂੰ ਇੱਕ ਗੱਲ ਉੱਡਦੀ ਚੰਡੀਗੜ੍ਹੋਂ ਆਈ ਜੀ ਕਿ ਕੁਛ ਕਿਹਾ ਬੰਦੇ ਇੱਥੇ ਹੈਗੇ ਨੇ ਕਿ ਸਾਡਾ ਇਲਾਜ ਨਹੀਂ ਠੀਕ ਹੋ ਰਿਹਾ ਜੀ, ਸਾਡੀ ਕਿਸੇ ਨਾਲ ਗੱਲਬਾਤ ਨਹੀਂ ਕਰਾ ਰਹੇ। ਅਸੀਂ ਉੱਥੇ ਵੀ ਬੰਦੇ ਕਿਸੇ ਢੰਗ ਨਾਲ ਭੇਜੇ, ਸਾਨੂੰ ਉੱਥੇ ਵੀ ਨਹੀਂ ਲੱਭੇ। ਉਹ ਗੱਲ ਚੱਲ ਰਹੀ ਹੈ ਪਰ ਖੁੱਲ੍ਹ ਕੇ ਨਾ ਹੀ ਸਾਡੇ ਕਿਸੇ ਪਰਿਵਾਰ ਦੇ ਜਿਹੜੇ ਪਿੰਡਾਂ ਦੇ ਵਿੱਚੋਂ ਕਿਸਾਨ ਨਹੀਂ ਦਿਸਦਾ ਤਾਂ ਪਰਿਵਾਰ ਵੱਲੋਂ ਆ ਜਾਂਦੀ ਹੁੰਦੀ ਹੈ ਕਿ ਦੋ ਦਿਨ ਚਾਰ ਦਿਨ ਸਾਡੇ ਨਾਲ। ਇਹ ਗੱਲ ਸਾਹਮਣੇ ਨਹੀਂ ਆਈ, ਚਰਚਾ ਜ਼ਰੂਰ ਹੈ ਕਿ ਤਿੰਨ ਚਾਰ ਬੰਦੇ ਹੋਰ ਨੇ। ਅਤੇ ਹੁਣ ਜਿਹੜੀ 21 ਤਰੀਕ ਵਾਲਾ ਜਿਹੜਾ ਮੇਨ ਵਿਸ਼ਾ ਜਾਂ ਜਿਹੜੇ ਨੂੰ ਲੈ ਕੇ ਚਰਚਾ ਜ਼ਿਆਦਾ ਬਣੀ ਰਹੀ, ਕੀ ਤੁਹਾਨੂੰ ਲੱਗਦਾ, ਹਾਲਾਂਕਿ ਤੁਸੀਂ ਵੀ ਆਗੂ ਹੋ, ਅਭਿਮਨਿਊ ਕਹਾੜ ਵੀ ਆਗੂ ਨੇ, ਉੱਥੇ ਕੁਛ 21 ਤਰੀਕ ਨੂੰ ਤੁਹਾਥੋਂ ਵੀ ਮੈਨੇਜਮੈਂਟ ਦੇ ਵਿੱਚ ਘਾਟ ਰਹੇਗੀ ਜਾਂ ਕੋਈ ਗੱਲ ਦੇ ਵਿੱਚ? ਜਦੋਂ ਇੱਕ ਟਵੀਟ ਆਉਂਦਾ ਹੈਗਾ ਖੇਤੀਬਾੜੀ ਮੰਤਰੀ ਦਾ ਵੀ ਅਸੀਂ ਭਾਈ 5 ਵਜੇ ਜਾਂ ਅਸੀਂ ਸ਼ਾਮ ਨੂੰ ਮੀਟਿੰਗ ਦੇ ਰਹੇ ਹਾਂ, ਜਿਹੜੀ ਉੱਥੇ ਉਹ ਮਤਲਬ ਮਿਸਕਮਿਊਨੀਕੇਸ਼ਨ ਹੋ ਗਿਆ ਜਾਂ ਉੱਥੇ ਅੱਧੇ ਲੋਕਾਂ ਨੂੰ ਪਤਾ ਨਹੀਂ ਸੀ, ਨੈੱਟ ਵੀ ਨਹੀਂ ਚੱਲ ਰਿਹਾ ਸੀ, ਉਹਦਾ ਕੀ ਲੱਗਿਆ? ਕਿਉਂਕਿ ਬਹੁਤ ਸਾਰਾ ਇਹ ਵੀ ਕਹਿਤਾ ਵੀ ਆਗੂ ਤਾਂ ਹੈ ਹੀ ਨਹੀਂ ਸੀ, ਪਿੱਛੇ ਹਟ ਗਏ ਸੀ ਜਾਂ ਉੱਥੇ ਖਨੌਰੀ ਬਾਰਡਰ 'ਤੇ ਹਾਲਾਤ ਤਾਂ ਵਿਗੜ ਗਏ, ਕੋਈ ਸਮਝਾਉਣ ਵਾਲਾ ਨਹੀਂ ਸੀ, ਉਸ ਨੂੰ ਲੈ ਕੇ? ਨਹੀਂ, ਆਗੂ ਸਾਡੇ ਸਭ ਤੋਂ ਜਰ ਸਕੱਤਰ ਅੰਮ੍ਰਿਤਸਰ ਜ਼ਿਲ੍ਹੇ ਦਾ, ਹਾਂਜੀ, ਮਾਲ ਮੂਰੇ ਅਗਵਾਈ ਕਰਦਾ ਸੀ ਜੀ। ਸਾਡਾ ਇੰਦਰਜੀਤ ਘਣੀਆਂ ਜਰ ਸਕੱਤਰ ਸੀ ਜ਼ਿਲ੍ਹਾ ਫਰੀਦਕੋਟ ਦਾ, ਬਲਦੇਵ ਸਿੰਘ, ਸੁਖਦੇਵ ਸਿੰਘ ਸਾਰੇ ਜ਼ਿਲ੍ਹਾ ਪ੍ਰਧਾਨ ਮੰਤਰੀ ਸੀ ਜੀ। ਜਿਹੜੀ ਤੁਸੀਂ ਮੀਟਿੰਗ ਦੀ ਗੱਲ ਕਹਿੰਦੇ ਹੋ ਉਹ ਮੇਰੇ ਨਾਲ ਸੰਪਰਕ ਸੀਗੀ ਕਿ ਜੀ 10:30 ਹੁਣ ਆ ਗਿਆ ਮੀਟਿੰਗ ਹੋਊਗੀ, ਤੁਸੀਂ ਲੋਕਾਂ ਨੂੰ ਕਹੋ ਕਿ ਮੀਟਿੰਗ ਮਿਲਣ ਵਾਲੀ ਹੈ। ਫਿਰ ਮੈਨੂੰ ਕਿਹਾ ਗਿਆ ਤੁਸੀਂ ਪਿੱਛੇ ਸਾਈਡ ਤੋਂ 11:45 ਮੀਟਿੰਗ ਆ ਗਈ, ਫਿਰ ਮੈਨੂੰ 11:00 ਕਿਹਾ ਗਿਆ ਜੀ ਮੀਟਿੰਗ ਆ ਗਈ, ਇੱਧਰੋਂ ਸ਼ੰਭੂ ਬਾਰਡਰ 'ਤੇ ਵੀ ਚੱਲ ਰਹੀ ਸੀ ਵੀ ਲੋਕਾਂ ਨੂੰ ਰੋਕੋ ਰੁਕਾਓ, ਇੱਧਰ ਵੀ ਚੱਲ ਰਿਹਾ ਸੀਗਾ। 11:30 ਤੱਕ ਮੈਂ ਪੁੱਛਦਾ ਰਿਹਾ ਵੀ ਕੀ ਹੁਕਮ ਹੈ ਕੀ ਹੁਕਮ ਹੈ। ਜਦੋਂ 12:15 ਹੋਏ ਨੇ ਜੀ, ਜਦੋਂ ਐਂ ਲੋਕ ਪੁੱਛਣ ਲੱਗ ਗਏ ਯਾਰ ਕੋਈ ਮੀਟਿੰਗ ਮੂਟਿੰਗ ਨਹੀਂ ਆਉਂਦੀ, ਐਵੇਂ ਕਿਸਾਨ ਆਗੂ ਐਵੇਂ ਰੋਕੀ ਜਾਂਦੇ ਨੇ ਜੋ ਸੀ ਲੋਕਾਂ ਦੇ ਵਿੱਚ, ਫਿਰ ਤੁਸੀਂ ਉਹ ਨੋਟ ਕਰੀ ਜਦੋਂ ਆਪਣੇ 30 ਸਕਿੰਟ ਪਾਣੀ ਦੀਆਂ ਪਛਾੜਾਂ ਪਈਆਂ ਖਾਲੀ, 12:18 ਸਕਿੰਟਾਂ ਦੇ ਚੱਲਿਆ, 12:18 ਸਕਿੰਟ 'ਤੇ ਚੱਲਿਆ, ਕੋਈ ਬੰਦਾ ਨਹੀਂ ਸੀ ਉੱਥੇ, ਕੋਈ ਬੰਦਾ ਨਹੀਂ ਸੀਗਾ, ਪਾਣੀ ਦੀਆਂ ਪਛਾੜਾਂ ਮਾਰੀਆਂ ਗਈਆਂ, ਫਿਰ ਇੱਕੇਦਮ ਉਹ ਬੰਦ ਹੋ ਜਾਂਦਾ। ਫਿਰ ਇੱਧਰੋਂ ਮੁੰਡੇ ਕੋਈ ਬੋਲਦੇ ਨੇ 10-8-9 ਜਣੇ ਕਿ ਯਾਰ ਚਲੋ ਤੁਸੀਂ ਇੱਥੇ ਚੁੱਪ ਕਰਕੇ ਬੈਠੇ ਹੋ, ਰੋੜੇ ਲਿਆਓ, ਐਵੇਂ ਕਰੋ। ਉਹਨਾਂ ਨੂੰ ਜੇ ਕੋਰਟ ਵਾਰਡ ਸੀ ਉਹਨਾਂ ਦੇ ਮੁਲਾਜ਼ਮ ਸ਼ਹਿਰਾ ਦਿੱਤਾ, ਜਦੋਂ ਸ਼ਹਿਰੇ ਦੇ ਵਿੱਚੋਂ ਫਿਰ ਜਿਹੜੇ ਬੰਦੇ ਵੀ ਵਧੇ ਅੱਗੇ ਵਧੋ, ਫਿਰ ਆਪਣੇ ਤੇ ਉਹ ਅਥਰੂ ਜਿਹੜੇ ਛੱਡੇ ਨੇ। ਇਹ ਕਹਿਣਾ ਚਾਹੁੰਦੇ ਵੀ ਜਿਹੜੇ ਵਿੱਚ ਬੰਦੇ ਸੀ ਉਹਨਾਂ ਕਾਨੂੰਨੀ ਕੋਰਟ ਵਾਰਡ ਨਾਲ ਸਮਝ ਕੇ ਜਦੋਂ ਪਾਣੀ ਦੇ ਪਛਾੜਾ ਮਾਰਤੀਆਂ, ਪਾਣੀ ਬੰਦ ਹੋਣੇ ਨਹੀਂ ਚਾਹੀਦੇ ਸੀ, ਗੋਲੇ ਹੱਥਾਂ ਤੇ ਚੱਲਦੇ, ਆਪਾਂ ਦੇਖਿਆ ਸਾਰਿਆਂ ਨੇ, ਸਾਰਿਆਂ ਦੇ ਜਿਹੜੇ ਆਪਾਂ ਸਾਰਾ ਉੱਥੇ ਕੁਛ ਦੇਖਿਆ, ਸਾਰਾ ਆਪਣੇ ਅੱਖੀ ਦੇਖਿਆ ਹੋਇਆ, ਤਾਂ ਸਾਰਾ ਕੁਛ ਵਿਉਂਤਬੰਦੀ ਨਾਲ ਬੰਦੇ ਵਾੜ ਕੇ ਜਿਹੜਾ ਚਲਾਇਆ ਗਿਆ ਉਹ ਸਾਰਾ ਕੁਛ ਸਰਕਾਰ ਨੇ ਮਿਲਿਆ ਹੋਇਆ। ਹੁਣ ਤਾਂ ਉਹ ਮੈਨੂੰ ਲੱਗਦਾ ਜਿਹੜਾ ਗੋਲੀ ਚੱਲੀ ਹੈ ਹੁਣ ਇੱਥੋਂ ਤੱਕ ਆ ਰਿਹਾ, ਉਹਦੀ ਪੂਰੀ ਪੜਤਾਲ ਤਾਂ ਨਹੀਂ ਹੋਈ, ਨਾ ਉਹਦੀ ਚਰਚਾ 'ਚ ਆ ਰਿਹਾ ਕਿ ਉਹ ਪਹਿਲਾਂ ਫੌਜ 'ਚ ਭਰਤੀ ਸੀਗਾ ਜਿਹੜੇ ਨੇ ਗੋਲੀ, ਹੁਣ ਪੁਲਿਸ 'ਚ ਭਰਤੀ ਹੈ। ਮੈਨੂੰ ਲੱਗਦਾ ਜੀਂਦ ਜ਼ਿਲ੍ਹੇ ਨਾਲ ਸੰਬੰਧਿਤ ਆ ਉਹ ਬੰਦਾ ਜਿਹੜੇ ਨੇ ਗੋਲੀ ਚਲਾਈ ਹੈ, ਤੁਹਾਨੂੰ ਮਤਲਬ ਪਤਾ ਲੱਗ ਰਿਹਾ? ਹਾਂ, ਉਹਦੀ ਜਿਹੜੀ ਮੈਨੂੰ ਘਾੜ ਨੂੰ ਜਿੰਨੀ ਇੱਕ ਇੰਟਰਵਿਊ ਆਈ ਆ ਉਹ 2 ਦਿਨਾਂ ਦੇ ਵਿੱਚ ਉਹਦੀ ਫੋਟੋ ਵੀ ਸਾਹਮਣੇ ਲਿਆ ਦੇਣ ਆ ਜੂਗੀ ਵੀ ਅਭਿਮਨਿਊ ਕੁਹਾੜ ਉਹਨਾਂ ਨੂੰ ਤੁਹਾਡੀ ਜਥੇਬੰਦੀ ਇਹ ਗੱਲ ਦੇ ਲੱਗੀ ਹੋਈ ਹੈ। ਹਾਂ, ਉਹਦੀ ਪੜਤਾਲ ਦੇ ਵਿੱਚੋਂ ਉਹ ਗੱਲ ਕਿੱਥੋਂ ਨਿਕਲ ਕੇ ਆਈ ਹੈ ਕਿ ਉਸ ਮੁਲਾਜ਼ਮ ਦੀ ਰਿਸ਼ਤੇਦਾਰੀ ਪਟਿਆਲੇ ਜ਼ਿਲ੍ਹੇ 'ਚ ਹੈ। ਹਾਂ, ਪਟਿਆਲੇ ਜ਼ਿਲ੍ਹੇ ਦੇ ਵਿੱਚ ਜਿਹੜਾ ਪਰਿਵਾਰ ਆ ਉਹਨਾਂ ਨੇ ਕਿਹਾ ਜਿਹੜੇ ਤਾਂ ਸਾਡਾ ਮੁਲਾਜ਼ਮ ਫਸ ਰਿਹਾ, ਗੱਲ ਨਿਕਲ ਕੇ ਸਾਹਮਣੇ, ਅਸੀਂ ਤਾਂ ਕੱਢ ਲਈ, ਦੋਨੇ ਸਰਕਾਰਾਂ ਚੁੱਪ ਬੈਠੀ। ਇਹ ਤਾਂ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਸੀ ਨਾ, ਕਿੱਥੋਂ ਗੋਲੀ ਚੱਲੀ ਹੈ ਕੀ ਹੈ ਸਾਰਾ ਕੁਛ, ਉੱਧਰ ਕੁਛ ਨਹੀਂ ਕਰ ਰਹੇ। ਪਰ ਆਹ ਜਿਹੜੀ ਗੱਲ ਸਾਡੇ 'ਤੇ ਆਊਗੀ ਕਿ ਯਾਰ ਧਰਨਾ ਚੱਲ ਰਿਹਾ ਬਾਰਡਰਾਂ 'ਤੇ, ਆਹ ਧਰਨਾ ਅੱਜ ਕਿਉਂ ਜੀ,
ਅਸੀਂ ਤੁਸੀਂ ਚਿਹਰੇ ਦੇਖੋ ਲੋਕਾਂ ਦੇ ਅੱਗੇ ਨਾਰੇ ਲਾਉਂਦੇ ਖੁਸ਼ ਹੁੰਦੇ ਕੋਈ ਬੋਲਦਾ ਅਰਦਾਸੀ ਆ ਸਾਰਿਆਂ ਤੇ ਸਾਡਾ ਵੀ ਨਹੀਂ ਜੀ ਕਰਦਾ ਚਲੋ ਗੱਲ ਰੱਖਣੀ ਪੈਂਦੀ ਹੈ ਪਰ ਅਰਦਾਸੀ ਆ ਸਾਰਿਆਂ ਤੇ ਲੋਕ ਚਾਹੁੰਦੇ ਨੇ ਕਿ ਕਾਨੂੰਨੀ ਕਾਰਵਾਈ ਕਰਕੇ ਉਹਦੇ FIR ਦਰਜ ਕਰਕੇ ਉਹਦਾ ਸੰਸਕਾਰ ਕਰਵਾਈਏ ਨੌਜਵਾਨ ਦਾ ਜਿਹੜਾ ਅੱਜ ਤਾਂ ਉਹ ਇਕੱਲਾ ਸਾਡਾ ਨਹੀਂ ਸੀਧ ਰਿਹਾ ਦੁਨੀਆਂ ਦੇ ਵਿੱਚ ਗਿਆ ਠੀਕ ਹੈ ਪਰਿਵਾਰ ਨੂੰ ਦੁੱਖ ਲੱਗਦਾ ਹੈ ਇਹ ਤਾਂ ਸਰਕਾਰ ਮੈਨੂੰ ਲੱਗਦਾ ਵੀ ਅੱਜ ਤੱਕ ਭਗਤ ਸਿੰਘ ਨੂੰ ਨਹੀਂ ਸ਼ਹੀਦੀ ਦਾ ਦਰਜਾ ਦੇ ਸਕੀ ਤਾਂ ਸਾਡਿਆਂ ਨਾਲ ਆਹ ਇੰਨੀਆਂ ਦਿੱਕਤਾਂ ਲਾ ਕੇ ਇੰਨੀਆਂ ਰੋਕਾਂ ਲਾ ਕੇ ਸਾਰੇ ਉਹਦੇ ਮੰਤਰੀ ਘਰੇ ਆ ਕੇ ਬਹਿ ਗਏ ਪਰਿਵਾਰ ਨਾਲ MLA ਬਹਿ ਗਿਆ ਪਰਿਵਾਰ ਨਾਲ ਕੀ ਤੁਹਾਡੀ ਇਕੱਲੀ ਪੁਲਿਸ ਹੀ ਨਹੀਂ ਮੰਨ ਰਹੀ ਤੁਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਉਂਦੇ ਹੋ MLA ਵੀ ਆ ਗਿਆ ਆਪਣਾ ਖੇਤੀ ਮੰਤਰੀ ਵੀ ਆ ਗਿਆ ਮੁੱਖ ਮੰਤਰੀ ਦਾ ਬਿਆਨ ਵੀ ਆ ਗਿਆ ਕੀ ਇਕੱਲੀ ਪੁਲਿਸ ਹੀ ਬਾਗੀ ਹੋਈ ਖੜੀ ਹੈ ਸੋਤੋਂ ਇਹ ਜੋ ਵੱਡਾ ਸਵਾਲ ਜੀ ਸਵਾਲ ਮੈਨੂੰ ਬਹੁਤ ਨੇ ਕੀਤਾ ਕਿ ਕਰੋੜ ਰੁਪਇਆ ਦਿੱਤਾ ਯਾਰ ਕਰੋੜ ਤਾਂ ਲੋਕ ਦੇ ਦੇਣਗੇ 70-75 ਲੱਖ ਤਾਂ ਉਹਨਾਂ ਦੇ ਖਾਤੇ 'ਚ ਪਾ ਤਾ ਲੋਕਾਂ ਨੇ ਕਰੋੜ ਤੋਂ ਵੀ ਜ਼ਿਆਦਾ ਦੇ ਦੇਣਗੇ ਲੋਕ ਪਰ ਲੋਕ ਇਹ ਪੁੱਛਣਗੇ ਕਿ ਬੱਚਾ ਤੁਸੀਂ ਕਰੋੜ 'ਚ ਵੇਚਤਾ ਇਹ ਤੇ ਕਾਨੂੰਨੀ ਕਾਰਵਾਈ ਕੀ ਕਰਨੇ ਆ ਜੀ ਇੱਕ ਮੈਂ ਠੀਕ ਹੈ ਪਰਿਵਾਰ ਤੇ ਬਹੁਤ ਪ੍ਰੈਸ਼ਰ ਪਾਇਆ ਜਾ ਰਿਹਾ ਸਾਡੇ ਨਾਲ ਵੀ ਨਿਰਾਸ਼ਤਾ ਦਿਖਾਉਂਦੇ ਨੇ ਕਿ ਯਾਰ ਤੁਸੀਂ ਛੇਤੀ ਕਰੋ ਅਸੀਂ ਆਖੇ ਵੀ ਇਹ ਇਸ਼ੂ ਹੈ ਅੱਜ ਵੀ UP ਵਾਲੀ ਘਟਨਾ ਲੋਕਾਂ ਦੇ ਸਾਹਮਣੇ ਆ 45-45 ਲੱਖ ਦਿੱਤਾ ਨਿਬੜ ਗਿਆ ਪਰ ਜਿਹੜੇ ਕਿਸਾਨਾਂ ਨੇ ਰੋਕਿਆ ਮੌਕੇ ਤੇ ਗਏ ਉਹ ਜੇਲ੍ਹ 'ਚ ਨੇ ਤੇ ਜਿਹੜਿਆਂ ਨੇ ਲਤੜਿਆ ਉਹ ਮੰਤਰੀ ਬਣ ਦਿੱਤੇ ਜਿਵੇਂ ਹੁਣ ਤੁਸੀਂ ਇਹ ਅਨਾਊਂਸ ਕੀਤਾ ਸੀਗਾ ਵੱਲੋਂ ਗੁਰੂ ਘਰ ਦੇ ਵਿੱਚ ਵੀ ਜਿਹੜਾ ਹੁੱਕਾ ਦਿੱਤਾ ਗਿਆ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੁਣ ਇਹ ਵੀ ਪਤਾ ਲੱਗ ਗਿਆ ਸੀ ਵੀ ਇੱਥੇ ਚੱਕਾ ਜਾਮ ਕਰਨਾ ਗਾ ਜਾਂ ਤੁਸੀਂ ਅਣਮਿੱਥੇ ਸਮੇਂ ਲਈ ਬੈਠ ਰਹੇ ਹੋ ਉਦੋਂ ਬਾਅਦ ਕੋਈ ADGP ਸਾਹਿਬ ਦਾ ਜਾਂ ਬਠਿੰਡਾ ਦੇ SSP ਸਾਹਿਬ ਦਾ ਕੋਈ ਤਾਲਮੇਲ ਕੋਈ ਬਣਿਆ ਤਾਲਮੇਲ ਨਹੀਂ ਮੇਰੀ ਹੁਣੇ DSP ਦੀ ਗੱਲ ਆਇਆ ਸੀ ਕਿ ਅਸੀਂ ਗੱਲ ਕਰਦੇ ਹਾਂ SP D ਮੈਨੂੰ ਲੱਗਦਾ ਬੈਠਾ ਉਹਨਾਂ ਦੀ ਗੱਲਬਾਤ ਸੀ ਕਿ ਅਸੀਂ ਰਾਸਤਾ ਦੇ ਦਈਏ ਜੀ ਬੈਠੇ ਰਹੋ ਰਾਸਤਾ ਤੁਸੀਂ ਇੱਕ ਛੱਡ ਦਈਏ ਲੋਕ ਪਰੇਸ਼ਾਨ ਹੁੰਦੇ ਮੈਂ ਕਿਹਾ ਵੀ ਸਾਨੂੰ ਬਹਾਏ ਕਿਉਂ ਅਸੀਂ ਮੰਗ ਕਰ ਰਹੇ ਹਾਂ ਕਿ FIR ਦਰਜ ਕਰੋ ਜੀ ਇਹ ਕਹਿੰਦੇ ਜੀ ਪਟਿਆਲੇ ਜ਼ਿਲ੍ਹੇ ਦਾ ਮਸਲਾ ਹੈ ਜੀ ਅਸੀਂ ਕਿ ਪਟਿਆਲੇ ਜ਼ਿਲ੍ਹੇ ਦਾ ਵੀ ਪੰਜਾਬ ਸਰਕਾਰ ਦਾ ਹੀ ਹੈ ਤੁਸੀਂ ਇਹਦੀ ਕਾਰਵਾਈ ਕਰੋ ਤਾਂ ਗੱਲ ਕਰੋ ਕਿ FIR ਦਰਜ ਕਰੋ ਸਾਨੂੰ ਤਾਂ ਹਜੇ ਜਿਹੜੀ ਗੱਲ ਸਾਡੇ ਨਾਲ ਸਿਰਫ ਇਹੀ ਹੋਈ ਹੈ ਕਿ ਆਪਾਂ ਰਸਤਾ ਛਡਾ ਦਈਏ ਕੁਛ ਲੈਂਕ ਰੋਡ ਤੇ ਵਹਾ ਦਈਏ ਆਹ ਵੱਡਾ ਰੋਡ ਛੱਡ ਦਿਓ ਇੰਨੀ ਕੁ ਗੱਲ ਹੁੰਦੀ ਤੁਸੀਂ ਬਾਈ ਨੇਮ ਪਰਚਾ ਚਾਹੁੰਦੇ ਅਸੀਂ ਬਾਈ ਨੇਮ ਪਰਚਾ ਕਰਨ ਕਿਹਦੇ ਤੇ ਮਤਲਬ ਬਾਈ ਨੇ ਦੇਖੋ ਇਹ ਅਸੀਂ ਉਹਦੇ ਵਿੱਚ ਨਾਂ ਨਹੀਂ ਪਾਇਆ ਚਾਰ ਵਕੀਲਾਂ ਨੇ ਸਾਡੇ ਲਿਖ ਕੇ ਉਹ ਪੈਨਲ ਦਿੱਤੀ ਹੈ ਉਹ 'ਚ ਕੋਈ ਬਾਈ ਨੇਮ ਨਾਂ ਨਹੀਂ ਜਿਹੜੇ ਕਹਿੰਦੇ ਨੇ ਵੀ ਤੁਸੀਂ ਤਾਂ DGP ਨੂੰ ਕਹਿ ਰਹੇ ਹੋ ਤੁਸੀਂ ਕਿਸੇ SSP ਨੂੰ ਕਹਿ ਰਹੇ ਹੋ ਅਸੀਂ ਆਖਿਆ ਵੀ ਤਾਂ ਪਰਚਾ ਤਾਂ ਕਰੋ FIR ਉਹ ਸਾਡੇ ਵਕੀਲਾਂ ਦੇ ਮੁਤਾਬਕ ਪਹਿਲਾਂ 0 PAD ਤੋਂ ਐਂ ਚੱਲਦੀ ਹੈ ਜੀ ਉਹ ਇਹਨਾਂ ਨੂੰ ਦੱਸਿਆ ਹੋਇਆ ਵੀ ਯਾਰ ਅਸੀਂ ਤਾਂ ਨਾਂ ਵੀ ਨਹੀਂ ਲੈ ਰਹੇ ਕਿਸੇ ਦਾ ਜੇ ਤੁਸੀਂ ਬਚਾਓਗੇ ਤਾਂਹੀਓ ਜੇ ਫਲਾਨੇ ਦਾ ਸਿੱਧਾ ਨਾਂ ਲੈਤਾ ਸੀ ਬਾਈ ਨੇਮ ਜੀ ਕਿ ਫਲਾਨੇ 'ਤੇ ਕਰੋਗੇ ਤਾਂ ਠੀਕ ਹੈ ਤੁਸੀਂ ਇਹਨੂੰ ਛੱਡ ਰਹੇ ਹੋ ਅਸੀਂ ਤਾਂ ਇਹ ਵੀ ਨਹੀਂ ਕਹਿ ਰਹੇ ਅਸੀਂ ਕਹਿੰਦੇ FIR ਦਰਜ ਤਾਂ ਕਰੋ ਫਿਰ ਬਣਾ ਲਿਓ ਸੈੱਟ ਕਿਹੜੇ ਕਿਹੜੇ ਹੁੰਦੇ ਪਰ ਕੌੜਾ ਜੀ ਉਹੀ ਗੱਲ ਨਿਕਲ ਕੇ ਜੇ ਮੰਨ ਕੇ ਚਲੋ ਉਹ ਸਾਬਤ ਕਰ ਗਏ ਕਿਸੇ ਨਕਸ਼ੇ ਨਾਲ ਜਾਂ ਕੋਈ ਵੀ ਟੈਕਨੀਕਲ ਵੇ ਨਾਲ ਵੀ ਉਹ ਹਰਿਆਣੇ ਦੀ ਜੂ ਆ ਜੇ ਐਂ ਹੋ ਜਾਂਦਾ ਗਾ ਜਿਵੇਂ ਖਬਰਾਂ ਲੱਗ ਰਹੀਆਂ ਗੀਆਂ ਫਿਰ ਮਤਲਬ ਜਥੇਬੰਦੀ ਦਾ ਕੀ ਪੁਆਇੰਟ ਹੋਊਗਾ ਵੀ ਫਿਰ ਪਰਚਾ ਫਿਰ ਤਾਂ ਸਾਫ਼ ਹੈ ਨਾ ਕਿ ਜਿਹੜੇ ਨੂੰ ਅਸੀਂ ਇਨਸਾਫ਼ ਦੇਣ ਲਈ ਪਰਿਵਾਰ ਤੇ ਪਰਚਾ ਹੋਰ ਹੋਊਗਾ ਇਹ ਤਾਂ ਪਰਚਾ ਕਰਨ ਨੂੰ ਫਿਰਦੀ ਹੈ ਨਾ ਸਰਕਾਰ ਅਸੀਂ ਕਹਿੰਦੇ ਸ਼ਹੀਦੀ ਦਾ ਦਰਜਾ ਦੇਵੇ ਤੇ ਹਰਿਆਣੇ ਨੂੰ ਖੁੱਲ੍ਹ ਛੱਡ ਕੇ ਉਹਨੂੰ ਮਾਰਨ ਦਾ ਹੁਕਮ ਕਿਹਨੇ ਦਿੱਤਾ ਉਹਨੂੰ ਪਰਚਾ ਕਰਦਾ ਕਿਹਨੂੰ ਦਿੱਤਾ ਇਹ ਪੰਜਾਬ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ ਇਸ ਗੱਲ ਤੇ ਨਹੀਂ ਨਹੀਂ ਜੇ ਮਤਲਬ ਉਹ ਜਗ੍ਹਾ ਹੀ ਹਰਿਆਣੇ ਦੀ ਹੋਈ ਫਿਰ ਮਤਲਬ ਫਿਰ ਮੇਰਾ ਪ੍ਰਸ਼ਨ ਆ ਜਗ੍ਹਾ ਹਰਿਆਣੇ ਦੀ ਹੈ ਜਾਂ ਪੰਜਾਬ ਦੀ ਹੈ ਇਹ ਉਹਨਾਂ ਨੇ ਤੈਅ ਕਰਨਾ ਸੀ ਜਿੱਥੇ ਉਹਨਾਂ ਦਾ ਨਾਕਾ ਲੱਗਿਆ ਕਿਸਾਨ ਹੁਣ ਉੱਥੇ ਕੋਈ ਸਾਨੂੰ ਪਤਾ ਸੀ ਕਿ ਇੱਥੇ ਰੁਕਾਂਗੇ ਇਹ ਤਾਂ ਉਹਨਾਂ ਨੇ ਰੋਕਿਆ ਨਾ ਮੁਰੋ ਜੀ ਜਗ੍ਹਾ ਕਿੱਥੇ ਬਾਰਡਰ ਲੋਕ ਮੰਨਦੇ ਆ ਬਾਰਡਰ ਨੂੰ ਜੇ ਬੋਰਡ ਨੂੰ ਕਿ ਆਹ ਹਰਿਆਣੇ ਦਾ ਬੋਰਡ ਆ ਗਿਆ ਆਹ ਪੰਜਾਬ ਦਾ ਜੀ ਉਹਨਾਂ ਨੇ ਉੱਥੇ ਨਾਕਾ ਲਾਇਆ ਇਹ ਤਾਂ ਉਹਨਾਂ ਦੀ ਕੋਈ ਹਦਾਇਤ ਨਾ ਕੋਈ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ
ਕਿ ਤੁਸੀਂ ਸਾਡੀ ਹਰਿਆਣਾ ਦੀ ਧਰਤੀ 'ਚ ਬੈਠੇ ਹੋ ਜਾਂ ਤੁਸੀਂ ਇੱਥੇ ਕਿਉਂ ਬੈਠੇ ਹੋ। ਇਹ ਤਾਂ ਰੋਕਿਆ ਹੋਇਆ ਇਸ਼ੂ ਵੱਡੇ ਨੇ ਫਿਰ ਇਹ ਪੜਤਾਲ 'ਚ ਆ ਜਾਣਗੇ ਕਰ ਲਏ ਸਰੀਰ ਕਢਾਉਣ ਦੀ ਜਮ੍ਹਾਂਬੰਦੀਆਂ ਜਾਂ ਕੁਛ ਉਹ ਏਰੀਏ ਤੋਂ ਕਢਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਆਪਾਂ ਨੂੰ ਐਗਜੈਕਟ ਤੁਹਾਨੂੰ ਵੀ ਕਲੀਅਰ ਹੋਵੇ। ਇਹ ਅਸੀਂ ਮੀਟਿੰਗ ਦੇ ਵਿੱਚ ਕਿਹਾ ਸੀ ਕਿ ਜਿਹੜਾ ਤੁਸੀਂ ਹਰਿਆਣਾ ਸਰ ਪੁਲਿਸ ਕਹਿੰਦੀ ਆ ਆਪਦਾ ਜੀ ਜਤਾਉਂਦੀ ਆ ਹੱਕ, ਹਾਂ ਨਾ ਤਾਂ ਉਹ ਹਰਿਆਣਾ ਸਰਕਾਰ ਨੇ ਨੌਜਵਾਨ ਚੱਕਿਆ, ਹਾਂਜੀ ਨਾ ਪੰਜਾਬ ਸਰਕਾਰ ਨੇ ਚੱਕਿਆ, ਚੱਕੇ ਤਾਂ ਸਾਡੇ ਨੌਜਵਾਨ ਲਏ ਆ ਜੀ। ਬਿਲਕੁਲ ਤੁਸੀਂ ਉਹਦੀ ਮੌਤ ਕਿੱਥੇ ਹੋਈ ਇਹੀ ਦੱਸ ਦਿਓ। ਇਹਨਾਂ ਨੂੰ ਇਹੀ ਪੁੱਛਿਆ ਸੀ ਮੀਟਿੰਗ ਦੇ ਵਿੱਚ ਵੀ ਮੌਤ ਕਿੱਥੇ ਹੋਈ ਇਹੀ ਦੱਸ ਦਿਓ, ਸਾਨੂੰ ਪਤਾ ਉਹਨੇ ਆਖਰੀ ਸਾਹ ਕਿੱਥੇ ਲੈਤਾ ਜੀ, ਪ੍ਰਾਈਵੇਟ ਅਸੀਂ ਹਸਪਤਾਲ 'ਚ ਲੈ ਕੇ ਆਏ ਹਾਂ, ਉੱਥੇ ਉਹਨੂੰ ਕਲੀਅਰ ਕੀਤਾ ਕਿ ਇਹ ਸਾਹ ਪੂਰੇ ਹੋ ਗਏ ਪੰਜਾਬ 'ਚ, ਅਸੀਂ ਚੱਕ ਕੇ ਅਸੀਂ ਲੈ ਕੇ, ਹਾਂ ਪੰਜਾਬ ਪੁਲਿਸ ਨੇ ਚੱਕਿਆ ਹੋਵੇ, ਪੁਲਿਸ ਨੇ ਚੱਕਿਆ ਹੋਵੇ, ਅਸੀਂ ਉੱਥੋਂ ਚੱਕ ਕੇ ਲਿਆਏ ਤੁਸੀਂ ਜਿਹੜੇ ਉੱਧਰ ਲੈ ਕੇ ਗਏ ਹੋ। ਇਹ ਸਾਰੀਆਂ ਇਹਨਾਂ ਦੀਆਂ ਹਵਾਵਾਂ ਨੇ ਪਿੱਛੇ ਹਟਣ ਦੀ ਨੀਤੀ ਇਹਨਾਂ ਦੀ, ਅਸੀਂ ਇਸ ਮੰਗ 'ਤੇ ਇੱਥੇ ਬੈਠੇ ਹਾਂ ਕਿ ਪਰਚਾ ਦਰਜ ਹੋ ਜੀ। ਧੰਨਵਾਦ ਜੀ। ਸੋ ਇਹ ਸੀ ਕਾਕਾ ਸਿੰਘ ਕੋਟ ਦਾ, ਇੱਕ ਨਵੀਂ ਗੱਲ ਜਿਹੜੀ ਵੱਡੀ ਨਿਕਲ ਕੇ ਸਾਹਮਣੇ ਆ ਰਹੀ ਆ ਵੀ ਪ੍ਰਸ਼ਾਸਨੀ ਮੀਟਿੰਗਾਂ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਹੱਥ ਖੜੇ ਕੀਤੇ ਆ, ਜੋ ਇਹਨਾਂ ਦੀ ਜ਼ਬਾਨੀ ਆ ਜੋ ਇਹ ਕਹਿ ਰਹੇ ਆ ਵੀ ਪੁਲਿਸ ਨੇ ਸਾਨੂੰ ਹੱਥ ਖੜੇ ਕੀਤੇ ਆ ਵੀ ਅਸੀਂ ਪਰਚਾ ਦਰਜ ਨਹੀਂ ਕਰ ਸਕਦੇ। ਹਾਲਾਂਕਿ ਕਈ ਅਖਬਾਰਾਂ 'ਚ ਇਹ ਲੱਗੀ ਖਬਰ ਵੀ ਉਹ ਹਰਿਆਣੇ ਦੀ ਜਗ੍ਹਾ ਸੀ, ਕਈ ਕਹਿ ਰਹੇ ਆ ਪੰਜਾਬ ਦੀ ਜਗ੍ਹਾ ਸੀ, ਉਹ ਗੱਲ 'ਤੇ ਕਹਿ ਰਹੇ ਆ ਜਥੇਬੰਦੀ ਵਾਲੇ ਵੀ ਉਹ ਸਾਨੂੰ ਹਜੇ ਤੱਕ ਕਲੈਰਿਟੀ ਨਹੀਂ ਦਿੱਤੀ, ਨਾ ਸਾਡੇ ਸਾਹਮਣੇ ਇਹੋ ਜਿਹੀ ਕੋਈ ਹਜੇ ਤੱਕ ਗੱਲ ਰੱਖੀ ਗਈ ਆ। ਪਰ ਫਿਲਹਾਲ ਦੀ ਖਬਰ ਇਹ ਆ ਵੀ ਜਿਹੜਾ NH7 ਆ ਇਹ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਾਂਦਾ, ਇਹਨੂੰ ਅਣਮੱਥੇ ਸਮੇਂ ਲਈ ਇੱਥੇ ਰਾਮਪੁਰਾ ਫੁੱਲ ਮੋੜ ਚੌਂਕ ਦੇ ਵਿੱਚ ਇਹਨੂੰ ਬੰਦ ਕਰ ਦਿੱਤਾ ਗਿਆ ਹੈਗਾ। ਅਤੇ ਅਸੀਂ ਇਸ ਖਬਰ ਦੇ ਨਾਲ ਲਗਾਤਾਰ ਬਣੇ ਰਹਾਂਗੇ, ਅੱਗੇ ਕੀ ਹੁੰਦਾ ਗਾ, ਕੀ ਇਹਨਾਂ ਦੀ ਕੋਈ ਮੀਟਿੰਗ ਚੱਲਦੀ ਆ ਜਾਂ ਪੰਜਾਬ ਦੇ ਪ੍ਰਸ਼ਾਸਨ ਦੇ ਨਾਲ ਇਹ ਧਰਨਾ ਇੱਥੋਂ ਚੱਕਦੇ ਨੇ ਜਾਂ ਬਹਿੰਦੇ ਨੇ, ਉਹ ਤੁਹਾਨੂੰ ਜਿਹੜੀ ਜਾਣਕਾਰੀ ਅਸੀਂ ਦਿੰਦੇ ਰਹਾਂਗੇ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।